भारत सरकार और पंजाब सरकार द्वारा दिन रात स्वच्छ भारत के सपने लोगों को दिखाए जा रहे हैं और करोड़ों रुपए इस काम के लिए नगर पालिका को दिए जा रहे हैं, पर इसकी जमीनी हकीकत क्या है हम आपको दिखाते हैं। ये है अहमदगढ़ का धूलकोट रोड, जिसके दोनों तरफ रिहायशी इलाका है और वार्ड नंबर 17 में सीवरेज का पानी इकट्ठा हो गया है। इस मोहल्ले को आने जाने के लिए चार रास्ते लगते हैं, लेकिन इसके बावजूद भी लोगों को अपने घरों में दाखिल होने के लिए एक भी रास्ता ठीक नहीं है। इस इलाके के निवासी पिछले 10 महीने से लगातार नगर काउंसिल के अधिकारियों को अपना दुख दर्द सुना रहे हैं, लेकिन इसके बावजूद भी नगर काउंसिल के अधिकारी कठोर दिल बने हुए हैं। इलाके में नालियों का गंदा पानी ओवरफ्लो होकर सड़कों पर आ गया है और धीरे धीरे अब लोगों के घरों में भी यह गंदा पानी दाखिल होने लगा है। बच्चों को स्कूल जाने के लिए इस गंदे पानी में से होकर जाना पड़ता है। मक्खी मच्छर इस कदर पैदा हो गए हैं कि किसी भी समय यहाँ भयानक बीमारी फैल सकती है। घर घर में बच्चे बूढ़े हैं, बीमारियों से जूझ रहे हैं। मीडिया की टीम जब इन लोगों का दुख दर्द जानने के लिए पहुंची तो इलाके के लोग गुस्से से भरे हुए थे। उन्होंने केंद्र सरकार और पंजाब सरकार के खिलाफ जमकर नारेबाजी की और मांग की कि इस इलाके में सफाई व्यवस्थापन पर ध्यान दिया जाए। अहमदगढ़ मंडी से अजय मल्होत्रा, आजाद टीवी न्यूज। ਅਸੀਂ ਮੁਹੱਲਾ ਅਮਰਪੁਰਾ ਨਿਵਾਸੀ ਆਪਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਇਸ ਮੁਹੱਲੇ ਦੇ ਲੋਕ ਅੱਗੇ ਲੁਧਿਆਣੇ ਆ ਕੇ ਮੇਰੇ ਮਹਿਕਮੇ ਦੇ ਬੰਦੇ ਕਹਿੰਦੇ ਵੀ ਇਹ ਤੁਹਾਡਾ ਮੁਹੱਲਾ ਸੁਰਗ ਹੈ, ਹੁਣ ਨਰਕ ਹੋਇਆ ਪਿਆ। ਸਾਡੇ 6 ਗਲੀਆਂ ਨੇ, 6 ਗਲੀਆਂ 'ਚ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ। ਬਾਹਰ ਕੋਈ ਨਿਕਾਸੀ ਨਹੀਂ, ਟ੍ਰੀਟਮੈਂਟ ਪਲਾਂਟ ਲਾਉਂਦੇ ਨਹੀਂ ਨਾ, ਉਹ ਕਹਿੰਦੇ ਨੇ ਸਾਡੇ ਕੋਈ ਗ੍ਰਾਂਟ ਹੈ ਨਹੀਂ, ਪਤਾ ਨਹੀਂ ਕਿੱਥੇ ਪੈਸਾ ਜਾਂਦਾ ਕਿੱਥੇ ਨਹੀਂ ਜਾਂਦਾ। ਅਸੀਂ ਸਾਡੇ ਸਕੂਲਾਂ ਦੇ ਬੱਚੇ ਇੱਥੇ ਕਈ ਵਾਰ ਵਿੱਚ ਡਿੱਗਦੇ ਨੇ, ਕੱਪੜੇ ਭੇਜਿਆ ਨੇ, ਕਿਤਾਬਾਂ ਭੇਜ ਜਾਂਦੀਆਂ ਨੇ। ਇਸ ਕਰਕੇ ਅਸੀਂ ਤੁਹਾਡੀ ਮੀਡੀਆ ਜ਼ਰੀਏ ਕਹਿਣਾ ਚਾਹੁੰਦੇ ਹਾਂ ਵੀ ਲੋਕਾਂ ਦੀ ਜਿਹੜੀ ਘਰਾਂ ਉਹ ਘਰੇ ਬੱਚੇ ਮਲੇਰੀਆ ਨਾ ਪੈ ਰਹੇ, ਕੋਈ ਡੇਂਗੂ ਨਾ ਪਿਆ। ਕਈ ਨੌਜਵਾਨ ਬੱਚੇ ਇੱਥੇ 26-26 ਸਾਲ ਦੇ ਡੇਂਗੂ ਨਾਲ ਹੀ ਗੁਜ਼ਰ ਗਏ। ਇਸ ਕਰਕੇ ਸਾਡੀ ਇਹ ਪੁਰਜ਼ੋਰ ਅਪੀਲ ਆ ਵੀ ਮੁਹੱਲੇ ਦੀ ਬੇਨਤੀ ਸੁਣੀ ਜਾਵੇ ਅਤੇ ਕਾਰਪੋਰੇਸ਼ਨ ਨੂੰ ਜਾਂ ਕਮੇਟੀ ਨੂੰ ਇਹਨੂੰ ਸਖ਼ਤ ਹਦਾਇਤ ਜਾਰੀ ਕੀਤੀ ਜਾਵੇ, ਪਹਿਲ ਦੇ ਆਧਾਰ 'ਤੇ ਮੁਹੱਲੇ ਦੇ ਕੰਮ ਕੀਤੇ ਜਾਵੇ। ਬੋਪਰ ਹੈ ਜੀ, ਇੱਕ ਆਪਣੇ ਜਗਦੇਵ ਸਿੰਘ ਬੋਪਰ ਹੈ ਅਤੇ ਅਵਤਾਰ ਸਿੰਘ ਜੱਸਲ, ਉਹ ਆਉਂਦੇ ਨੇ ਆ ਕੇ ਕਹਿੰਦੇ ਨੇ ਸਾਡਾ 20 ਤਰੀਕ ਨੂੰ ਟੈਂਡਰ ਖੁੱਲ੍ਹਣਾ। ਅਸੀਂ ਕਈ ਵਾਰ ਮੀਟਿੰਗਾਂ ਕਰ ਚੁੱਕੇ ਹਾਂ, ਕਈ ਵਾਰ ਮੁਜ਼ਾਹਰੇ ਕਰ ਚੁੱਕੇ ਹਾਂ ਅਤੇ ਬਸ ਕੰਨ 'ਤੇ ਜੋ ਨਹੀਂ ਸਕਦੀ ਉੱਥੇ ਜਾਂਦਾ, ਕੋਈ ਬੰਦਾ ਨਹੀਂ ਮਿਲਦਾ। ਅਸੀਂ 10 ਦਸੰਬਰ ਦੀ ਗੱਲ ਆ, ਅਸੀਂ ਪਹਿਲਾਂ ਪਾਣੀ ਆਇਆ ਸੀ ਜਾ ਕੇ ਮੰਗਣ ਨੂੰ ਦਿੱਤਾ, ਉਹਦੇ ਬਾਅਦ ਅਸੀਂ ਉੱਥੇ ਫਿਰ ਧਰਨਾ ਵੀ ਲਾਇਆ, ਉਹ ਕਹਿੰਦੇ ਸਾਡਾ ਕੰਮ ਪਾਣੀ ਠੀਕ ਹੋ ਜੂਗਾ। ਉਸ ਤੋਂ ਬਾਅਦ ਅੱਜ ਅਸੀਂ ਫਿਰ ਇਕੱਠੇ ਹੋਏ ਹਾਂ, ਸਾਡੇ ਬੱਚੇ ਸਕੂਲ 'ਚ ਪੜ੍ਹਦੇ ਆ, ਹੁਣ ਛੁੱਟੀ ਹੋਣ ਆਈ ਆ, ਦੇਖੋ ਮੈਂ ਕੀ ਆ ਉਹ ਵਿਚਾਰੇ ਕਿਵੇਂ ਤੁਰ ਕੇ ਜਾਣਗੇ। ਅਸੀਂ ਕਹਿੰਦੇ ਵੀ ਸਾਡਾ ਆਪਣਾ ਪਾਣੀ ਆ, ਇਹਦਾ ਹੱਲ ਕੀਤਾ ਜਾਵੇ। ਚਾਹੁੰਦਾ ਅਸੀਂ ਪਾਣੀ, ਸਾਡਾ ਪਾਣੀ ਨਿਕਲੇ, ਅਸੀਂ ਘੁੰਮ ਕੇ ਚਾਰ ਗਲੀਆਂ ਘੁੰਮ ਕੇ ਮਗਰ ਹੀ ਜਾਂਦੇ ਹਾਂ, ਸਕੂਟਰ ਸਾਰੇ ਘੁੰਮਣਾ ਪੈਂਦਾ, ਨਾਲੇ ਸਾਡੇ ਮਨ ਪਾਇਆ ਪਾਣੀ ਨਿਕਲ ਗਿਆ। ਕਿਵੇਂ ਅਸੀਂ ਜਾਈਏ ਬਾਹਰ, ਦਵਾਈ ਦਾ ਕੋਈ ਰੇਟ ਨਹੀਂ, ਕੋਈ ਰੇਟ ਨਹੀਂ ਕੀਤਾ, ਨਾ ਕੋਈ ਮੈਡੀਸਨ ਦੇ ਰਹੇ, ਨਾ ਕੋਈ ਦਵਾਈ ਮਿਲਦੀ ਆ, ਨਾ ਕੋਈ ਸਫਾਈ ਹੁੰਦੀ ਆ। ਇੱਥੇ ਪਾਣੀ ਤਾਂ ਤੁਹਾਡੇ ਸਾਹਮਣੇ ਦੇਖੋ ਵੀ ਪਾਣੀ ਕਿਵੇਂ ਖੜਾ ਹੈਗਾ, ਜਿਵੇਂ ਇੱਥੇ ਤਾਂ ਕਿਸ਼ਤੀਆਂ ਨਾਲ ਬੰਦੇ ਲੱਗਣ, ਸਾਨੂੰ ਇਹ ਕੰਮ ਜਾ ਸਕਦੇ ਕਿਸ਼ਤੀਆਂ ਦੇ ਲਿਓ, ਸਾਨੂੰ ਜੋ ਕਿਸ਼ਤੀਆਂ ਅਲਾਓ ਕਰਦਾ ਸੀ ਕਿਸ਼ਤੀ ਪੈ ਕੇ ਚਲੇ ਜਾ ਕੇ। ਪਾਣੀ ਲਗਭਗ ਦਸੰਬਰ ਤੋਂ ਪਹਿਲਾਂ ਦਾ ਖੜਾ, 10 ਮਹੀਨੇ ਹੋ ਗਏ 11, ਅਸੀਂ ਪਹਿਲਾਂ ਦਸੰਬਰ 'ਚ ਵੀ ਜਾ ਕੇ ਧਰਨਾ ਵੀ ਲਾਇਆ, ਉਹਨਾਂ ਨੂੰ ਕਿਹਾ ਵੀ ਦੋਨੋਂ MC ਵੀ ਬੁਲਾਏ, ਆਪਣੇ ਯੂ ਸਾਹਿਬ ਨੂੰ ਵੀ ਲੈ ਕੇ ਆਉਂਦਾ ਇੱਥੇ, ਮੌਕਾ ਦਿਖਾਇਆ ਉਹਨਾਂ ਨੂੰ ਲਿਆ ਕੇ, ਫਿਰ ਉਹਨਾਂ ਨੇ ਜਾ ਕੇ ਕਿਤੇ ਪਾਣੀ ਦਾ ਨਿਕਾਸ ਕੀਤਾ, ਉਸ ਤੋਂ ਬਾਅਦ ਉਦੋਂ ਕਰਤਾ, ਉਸ ਤੋਂ ਬਾਅਦ ਫਿਰ ਖੜਾ ਆ। ਫਿਰ ਅਸੀਂ ਮੀਹਾਂ ਕਰਕੇ ਚੁੱਪ ਰਹੇ ਵੀ ਚਲੋ ਹੁਣ ਤਾਂ ਉਹਨਾਂ ਨੂੰ ਬਹਾਨਾ ਮੀਂਹ ਪੈਂਦੇ ਆ, ਹੁਣ ਤਾਂ ਮੀਂਹ ਵੀ ਨਹੀਂ ਪੈਂਦਾ ਕੋਈ। ਦੇਖੋ ਸਾਡੇ ਕੋਲ ਪ੍ਰਾਇਮਰੀ ਸਕੂਲ ਆ, ਸਰਕਾਰੀ ਸਕੂਲ ਆ, ਗਰੀਬਾਂ ਦੇ ਬੱਚੇ ਆਉਂਦੇ ਆ, ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਆ, ਉਹਨਾਂ ਦੀ ਮਾਂ ਪਹਿਲਾਂ ਚੱਕ ਕੇ ਛੱਡ ਕੇ ਜਾਂਦੀਆਂ ਫਿਰ ਦੁਪਹਿਰੇ ਲੈਣ ਆਉਂਦੀਆਂ ਨੇਗੀਆਂ। ਅਸੀਂ ਚਾਹੁੰਦੇ ਵੀ ਸਾਡਾ ਜਿਵੇਂ ਉਹਨਾਂ ਦੀ ਐਮਸੀਆਂ ਦੇ ਆਪਣੇ ਮੁਹੱਲੇ ਸਾਫ ਨੇ, ਸਾਡੇ ਵੀ ਗਲੀ ਮੁਹੱਲੇ ਸਾਫ ਹੋਣਾ ਚਾਹੀਦਾ। ਇਹ ਕਿੰਨੇ ਦੇਰ ਤੋਂ ਇੱਥੇ ਗੰਦਾ ਪਾਣੀ ਖੜਾ? ਇਹ ਜੀ 10 ਮਹੀਨਿਆਂ ਤੋਂ ਖੜਾ। ਉਹ ਕੀ ਕਹਿੰਦੇ ਨੇ ਜਦੋਂ ਤੁਸੀਂ? ਉਹ ਕਹਿੰਦੇ ਜੀ ਸਾਡਾ ਟੈਂਡਰ ਪਾਇਆ ਹੈ ਵਾ, ਸਾਡੇ ਕੋਲ ਗ੍ਰਾਂਟ ਆਈ ਹੋਈ ਆ, ਉਧਰ ਪ੍ਰੋਜੈਕਟ ਲਾਵਾਂਗੇ, ਉਹ ਟ੍ਰੀਟਮੈਂਟ ਲਾਵਾਂਗੇ, ਫਿਰ ਤੁਹਾਡਾ ਪਾਣੀ ਕੱਢਾਂਗੇ। ਟ੍ਰੀਟਮੈਂਟ ਕੀ ਪਤਾ ਕਦ ਲੱਗੂਗਾ? ਤੁਸੀਂ ਅੱਜ ਜਾਓਗੇ ਉਹਨਾਂ ਕੋਲ ਮਿਲਣ? ਅਸੀਂ ਅੱਜ ਤਾਂ ਨਹੀਂ ਜਾਂਦੇ ਕਿਉਂਕਿ ਅੱਜ ਉਹ ਸਾਰੇ ਡਿਊਟੀਆਂ ਤੇ ਨੇ, ਇਲੈਕਸ਼ਨ ਆ ਕੱਲ ਨੂੰ, ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ, ਜਾ ਕੇ ਮੈਂਬਰਾਂ ਨੂੰ ਦਵਾਂਗੇ ਉਹਨਾਂ ਨੂੰ। ਮੈਂ ਤਾਂ ਸਲਵਾਰ ਚੱਕੀ ਤਾਂ ਵਿੱਚੇ ਡਿਗਣ ਲੱਗੀ, ਉਹ ਮੁੰਡੇ ਨੇ ਗਵਾਂਢੀਆਂ ਮੁੰਡੇ ਨੇ ਮੈਨੂੰ ਫੜ ਕੇ ਕੱਢਿਆ, ਬਹੁਤ ਔਖੀ ਆ ਇੱਥੇ, ਇਹ ਤਾਂ ਬਹੁਤ ਨਰਕ ਆ ਸਾਡੇ ਤਾਂ, ਸੇਕਣੇ ਆਉਂਦੇ ਆ ਵਿੱਚੀ ਪਾਣੀ ਦੇ, ਕੀ ਕਰੀਏ ਇੱਥੇ ਏਡਾ ਏਡਾ ਮੱਛਰ ਆ। ਇਹਨੇ ਕਦੀ ਕੋਈ ਦਵਾਈ ਛਿੜਕੀ ਆ? ਨਾ ਦਵਾਈ ਕੋਈ ਨਹੀਂ ਛਿੜਕੀ, ਕੋਈ ਨਹੀਂ ਜਾਣੀ ਇੱਧਰ ਖਿਆਲ ਕਰਦਾ ਹੈਗਾ। ਸਾਡੀਆਂ 3 ਗਲੀਆਂ ਨੇ, 4 ਸਾਰੀਆਂ ਹੀ ਬੰਦ ਨੇ, ਸਾਰੇ ਭਾਈ ਸਾਰੀ ਦੁਨੀਆ ਬਿਮਾਰ ਆ, ਸਾਡੇ ਬੱਚੇ ਵੀ ਸਿਆਣੇ ਵੀ
ਬਈ ਤੁਸੀਂ ਇਹ ਹੱਲ ਕਰੋ ਸਾਡਾ, ਅਸੀਂ ਬਹੁਤ ਔਖੇ ਹਾਂ।